जहाँ बरकतें मिलती हैं, जहाँ बरकतें मिलती हैं, आओ खुदावन के घर चले। जहाँ नेमतें मिलती हैं, जहाँ नेमतें मिलती हैं, आओ खुदावन के घर चले। महिमा 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 हो महिमा 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 महिमा तेरी गाएं हम ए आसमानी खुदा 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 तेरी रूह से भर कर गाएंगे 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 कर रूह से हमें मामूर खुदा महिमा तेरी गाएं हम ए आसमानी खुदा महिमा तेरी गाएं हम ए आसमानी खुदा। प्रवेश भजन उन्हां उत्ते एक चमकीला बदल छा गया अते बदल विच्चों एक आवाज़ आई एह मेरा प्यारा पुत्र है जिस तो मैं बहुत खुश हाँ इस दे सुनो। बाप अते बेटा अते रूह पाक दे नाम दे उत्ते आमीन। साडे प्रभु यीशु मसीह दा फजल खुदा बाप दा प्रेम अते रूह पाक दे सांझ तुहाडे नाल होवे अते तुहाडी रूह नाल वी होवे। मसीह दे विच मेरे प्यारे भराओ भैणो ते बच्चिओ अज पाक मां कलीसिया प्रभु यीशु दा रूपांतरण दे ईद मना रही है।
ਪ੍ਰਭੂ ਯੇਸ਼ੂ ਮਸੀਹ ਆਪਣੇ ਜੀ ਉੱਠਣ ਤੋਂ ਪਹਿਲਾਂ ਆਪਣਾ ਇੱਕ ਸਵਰਗੀ ਰੂਪ ਆਪਣੇ ਚੇਲਿਆਂ ਨੂੰ ਵਿਖਾਉਂਦਾ ਹੈ, ਕਿਉਂਕਿ ਯੇਸ਼ੂ ਦਾ ਇਹ ਰੂਪਾਂਤਰਨ, ਜਦੋਂ ਯੇਸ਼ੂ ਜੀ ਉੱਠੇਗਾ ਤਾਂ ਇਸੇ ਤਰ੍ਹਾਂ ਹੋਵੇਗਾ। ਪਰ ਚੇਲਿਆਂ ਨੂੰ ਇਸ ਗੱਲ ਦੇ ਪਤਾ ਨਹੀਂ ਚੱਲਿਆ ਕਿ ਰੂਪਾਂਤਰਨ ਕਿਉਂ ਹੋਇਆ ਹੈ, ਅਤੇ ਇਸ ਰੂਪਾਂਤਰਨ ਦੇ ਵੇਲੇ ਮੂਸਾ ਅਤੇ ਏਲੀਆ ਨਬੀ, ਜੋ ਕਿ ਪੁਰਾਣੇ ਵਿਧਾਨ ਦਾ ਸਭ ਤੋਂ ਖਾਸ ਅਤੇ ਮਹਾਨ ਨਬੀ ਹਨ, ਇਹ ਰੂਪਾਂਤਰਨ ਦੇ ਵੇਲੇ ਆਪਣੀ ਮੌਜੂਦਗੀ ਦਿੰਦੇ ਹਨ। ਨਾਲ ਹੀ ਖੁਦਾ, ਜੋ ਕਿ ਇਸ ਦੁਨੀਆ ਦਾ ਮੁਕਤੀਦਾਤਾ ਹੈ, ਬੱਦਲ ਦੇ ਰੂਪ ਦੇ ਵਿੱਚ ਆ ਕੇ ਆਪਣੀ ਮੌਜੂਦਗੀ ਦਿੰਦੇ ਹਨ, ਅਤੇ ਖੁਦਾ ਕਹਿੰਦਾ ਹੈ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਆਪਣੇ ਰੂਪਾਂਤਰਨ ਦੇ ਨਾਲ ਪ੍ਰਭੂ ਇਹ ਸੰਸਾਰ ਨੂੰ ਅਤੇ ਚੇਲਿਆਂ ਨੂੰ ਵਿਖਾਉਣਾ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਯੇਸ਼ੂ ਦਾ ਰੂਪ ਬਦਲ ਗਿਆ ਸੀ, ਹਰੇਕ ਵਿਸ਼ਵਾਸੀਆਂ ਦਾ ਜੀ ਉੱਠਣ ਦੇ ਬਾਅਦ ਉਹਨਾਂ ਦਾ ਸਰੂਪ ਵੀ ਬਦਲ ਜਾਵੇਗਾ ਅਤੇ ਉਹ ਇੱਕ ਸਵਰਗਦੂਤਾਂ ਦੇ ਵਾਂਗ ਬਣ ਜਾਣਗੇ। ਇਹਦਾ ਇੱਕ ਪੁਖਤਾ ਸਬੂਤ ਸਾਨੂੰ ਮਿਲਦਾ ਹੈ ਜਦੋਂ ਯੇਸ਼ੂ ਮਸੀਹ ਜੀ ਉੱਠ ਜਾਂਦੇ ਹਨ ਤਾਂ ਉਹ ਆਪਣੇ ਕਬਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਅਤੇ ਮਰੀਮ ਮਗਦਲਿਨੀ ਭੱਜ ਕੇ ਉਸ ਕਬਰ ਦੇ ਕੋਲ ਜਾਂਦੀ ਹੈ, ਕਬਰ ਦੇ ਅੰਦਰ ਝਾਤੀ ਮਾਰ ਕੇ ਵੇਖਦੀ ਹੈ ਤਾਂ ਉੱਥੇ ਯੇਸ਼ੂ ਨਹੀਂ ਹੁੰਦਾ ਹੈ, ਅਤੇ ਜਦੋਂ ਉਹ ਇੱਧਰ ਉੱਧਰ ਝਾਤੀ ਮਾਰਦੀ ਹੈ ਤਾਂ ਲਾਗੇ ਉਸਨੂੰ ਬੈਠਾ ਹੋਇਆ ਯੇਸ਼ੂ ਦਿਖਾਈ ਦਿੰਦਾ ਹੈ। ਹੁਣ ਇੱਥੇ ਮਰੀਮ ਮਗਦਲਿਨੀ ਯੇਸ਼ੂ ਨੂੰ ਨਹੀਂ ਪਛਾਣ ਸਕਦੀ ਸੀ, ਕਿਉਂ? ਕਿਉਂਕਿ ਯੇਸ਼ੂ ਦਾ ਦੁਨਿਆਵੀ ਸਰੀਰ ਸਵਰਗੀ ਸਰੀਰ ਦੇ ਵਿੱਚ, ਯਾਨੀ ਇੱਕ ਖੁਦਾਈ ਸਰੀਰ ਦੇ ਵਿੱਚ ਬਦਲ ਚੁੱਕਾ ਸੀ, ਇਸ ਕਰਕੇ ਮਰੀਮ ਮਗਦਲਿਨੀ ਯੇਸ਼ੂ ਨੂੰ ਪਛਾਣ ਨਾ ਸਕੀ। ਅਤੇ ਜਦੋਂ ਯੇਸ਼ੂ ਨੇ ਮਰੀਮ ਕਹਿ ਕੇ ਸੱਦਿਆ ਤਾਂ ਮਰੀਮ ਮਗਦਲਿਨੀ ਦੀ ਅੱਖਾਂ ਖੁੱਲ੍ਹ ਗਈਆਂ ਸਨ। ਉਸੇ ਤਰ੍ਹਾਂ ਪਿਆਰੇ ਭਰਾਓ ਅਤੇ ਭੈਣੋ, ਕਿ ਮੂਸਾ ਨਬੀ ਜੋ ਕਿ ਕਾਨੂੰਨ ਦੇਣ ਵਾਲਾ ਨਬੀ ਹੈ, ਏਲੀਆ ਨਬੀ ਜੋ ਕਿ ਖੁਦਾ ਦੇ ਲਈ ਉਤਸ਼ਾਹਿਤ ਸੀ, ਇਹਨਾਂ ਦੋਵਾਂ ਨੂੰ ਸ਼ਾਇਦ ਖੁਦਾ ਨੇ ਇਸ ਦਿਨ ਦੇ ਲਈ ਜਿਉਂਦਾ ਰੱਖਿਆ ਸੀ ਤਾਂ ਕਿ ਜਦੋਂ ਯੇਸ਼ੂ ਦਾ ਰੂਪਾਂਤਰਨ ਹੋ ਜਾਏ ਤਾਂ ਇਹ ਦੋਵੇਂ ਨਬੀ ਖੁਦਾ ਦੇ ਨਾਲ ਉਸ ਦੇ ਬੇਟੇ ਦੀ ਗਵਾਹੀ ਦੇ ਸਕਣ ਕਿ ਇਹ ਸੱਚਮੁੱਚ ਖੁਦਾ ਦਾ ਪੁੱਤਰ ਹੈ, ਜੋ ਜੀ ਉੱਠਣ ਤੋਂ ਬਾਅਦ ਉਹਦਾ ਪੂਰਾ ਦਾ ਪੂਰਾ ਸਰੀਰ, ਪੂਰਾ ਦਾ ਪੂਰਾ ਸਰੂਪ ਬਦਲ ਜਾਵੇਗਾ। ਅਤੇ ਇਸ ਰੂਪਾਂਤਰਨ ਦੇ ਦੁਆਰਾ ਪਿਆਰੇ ਪ੍ਰਾਪਤ ਪੈਨੋ, ਸਾਨੂੰ ਇਹ ਸਿੱਖ ਲੈਣੀ ਚਾਹੀਦੀ ਹੈ ਕਿ ਸਾਰਿਆਂ ਦਾ ਸਰੀਰ ਜਦੋਂ ਜੀ ਉੱਠੇਗਾ ਤਾਂ ਸਾਰਿਆਂ ਦਾ ਸਰੀਰ ਬਦਲ ਜਾਵੇਗਾ, ਬਦਲਤਾ ਜਾਵੇਗਾ, ਪਰ ਉਹ ਨਿਆਂ ਦਾ ਦਿਨ ਹੋਵੇਗਾ। ਧਰਮੀ ਅਤੇ ਧਰਮੀ, ਪਾਪੀ ਅਤੇ ਸ਼ੁੱਧ, ਹਰ ਕੋਈ ਜੀ ਉੱਠਣਗੇ
ਅਤੇ ਉਹਨਾਂ ਦਾ ਸਰੂਪ ਬਦਲ ਜਾਵੇਗਾ, ਪਰ ਉਹਨਾਂ ਦੋਵਾਂ ਦਾ ਜਗ੍ਹਾ ਅਲੱਗ ਅਲੱਗ ਹੋਵੇਗਾ। ਇੱਕ ਸਵਰਗ ਹੈ, ਇੱਕ ਨਰਗ ਹੈ, ਦੋਵਾਂ ਦਾ ਅਲੱਗ ਅਲੱਗ ਜਗ੍ਹਾ 'ਤੇ ਨਿਆਂ ਹੋਵੇਗਾ, ਅਲੱਗ ਅਲੱਗ ਜਗ੍ਹਾ 'ਤੇ ਪਹੁੰਚੇਗਾ। ਹੁਣ ਖੁਦਾ ਜਿਸ ਤਰ੍ਹਾਂ ਪਵਿੱਤਰ ਹੈ ਅਤੇ ਸਾਨੂੰ ਪਵਿੱਤਰ ਬਣਨ ਦੇ ਲਈ ਸੱਦਿਆ ਗਿਆ ਹੈ, ਅਤੇ ਜਦੋਂ ਇੱਕ ਧਰਮੀ ਆਦਮੀ ਖੁਦਾ ਦੇ ਲਈ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਬਦਲਦਾ ਹੈ, ਤਾਂ ਖੁਦਾ ਜਦੋਂ ਉਹ ਆਤਮਾ ਜੀ ਉੱਠੇਗਾ ਤਾਂ ਉਸਦੀ ਆਤਮਾ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਵੇਗਾ, ਅਤੇ ਉਹੀ ਲੋਕ ਖੁਦਾ ਨੂੰ ਦੇਖਣਗੇ ਜਿਨ੍ਹਾਂ ਨੇ ਖੁਦਾ ਨੂੰ ਪਿਆਰ ਕੀਤਾ ਅਤੇ ਪਵਿੱਤਰ ਜ਼ਿੰਦਗੀ ਬਿਤਾਇਆ ਹੈ। ਪਹਾੜੀ ਉਦੇਸ਼ ਦੇ ਵਿੱਚ ਅਸੀਂ ਸੁਣਦੇ ਹਨ, ਤਨ ਉਹ ਜਿਨ੍ਹਾਂ ਦੇ ਮਨ ਸ਼ੁੱਧ ਹਨ ਕਿਉਂਕਿ ਉਹ ਪਰਮੇਸ਼ਵਰ ਦਾ ਦਰਸ਼ਨ ਕਰਨਗੇ। ਇਸ ਸੰਸਾਰ ਦੇ ਵਿੱਚ ਅਸੀਂ ਵਚਨਾਂ ਦੇ ਦੁਆਰਾ ਖੁਦਾ ਨੂੰ ਅਪਣਾਇਆ ਹੈ, ਅਤੇ ਜਦੋਂ ਖੁਦਾ ਦੇ ਸ਼ਕਲ ਅਤੇ ਸਰੂਪ ਨੂੰ ਅਪਣਾਇਆ ਹੈ ਤਾਂ ਯੇਸ਼ੂ ਦੀ ਜ਼ਿੰਦਗੀ ਦੇ ਵਾਂਗ ਸਾਨੂੰ ਵੀ ਆਪਣੀ ਜ਼ਿੰਦਗੀ ਦਾ ਰੂਪਾਂਤਰਨ ਕਰਨ ਦੀ ਜ਼ਰੂਰਤ ਹੈ। ਜੇਕਰ ਇਸ ਸੰਸਾਰ ਦੇ ਵਿੱਚ ਨਾ ਸਿਰਫ ਆਪਣੇ ਸ਼ਬਦਾਂ ਦੇ ਦੁਆਰਾ ਬਲਕਿ ਆਪਣੇ ਕਰਮਾਂ ਦੇ ਦੁਆਰਾ ਆਪਣੇ ਆਪ ਨੂੰ ਬਦਲਣਾ ਹੈ, ਜਦੋਂ ਅਸੀਂ ਆਪਣੇ ਆਪ ਨੂੰ ਬਦਲ ਲੈਂਦੇ ਹਾਂ ਤਾਂ ਸਾਡੇ ਆਂਢ ਗੁਆਂਢ ਅਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹ ਕਹਿਣਗੇ ਕਿ ਇਹ ਸੱਚਮੁੱਚ ਧਰਮੀ ਇਨਸਾਨ ਹੈ, ਪਾਕ ਇਨਸਾਨ ਹੈ, ਸੰਤ ਆਦਮੀ ਹੈ। ਇਸ ਤਰ੍ਹਾਂ ਇਹ ਲੋਕ ਉਹਦੇ ਬਾਰੇ ਕਹਿਣਗੇ। ਤਾਂ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਜਿਸ ਤਰ੍ਹਾਂ ਖੁਦਾ ਦੇ ਬੇਟੇ ਦਾ ਰੂਪਾਂਤਰਨ ਹੋਇਆ, ਇਸੇ ਸੰਸਾਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਪਵਿੱਤਰ ਵਚਨਾਂ ਦੇ ਦੁਆਰਾ ਅਤੇ ਆਗਿਆਵਾਂ ਦੇ ਦੁਆਰਾ ਅਸੀਂ ਆਪਣੇ ਆਪ ਨੂੰ, ਪਰਿਵਾਰ ਨੂੰ, ਬਾਲ ਬੱਚਿਆਂ ਨੂੰ ਬਦਲੀਏ ਤਾਂ ਕਿ ਉਹ ਵੀ ਖੁਦਾ ਦੀ ਕਿਰਪਾ ਅਤੇ ਮਹਿਮਾ ਤੋਂ ਵਾਂਝੇ ਨਾ ਹੋਣ ਜਾਣ। ਆਓ ਅਸੀਂ ਆਪਣੇ ਪਾਪਾਂ ਅਤੇ ਗਲਤੀਆਂ ਨੂੰ ਚੇਤੇ ਕਰੀਏ ਅਤੇ ਉਹਨਾਂ ਸਾਰਿਆਂ ਦੇ ਲਈ ਪ੍ਰਭੂ ਦੇ ਕੋਲੋਂ ਮਾਫ਼ੀ ਅਤੇ ਮਦਦ ਮੰਗੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚ ਨਾਲ, ਬੁੱਲ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨਸਦਾ ਕੁਵਾਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲੇ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੈਵ ਜੀਵਨ ਤੱਕ ਪਹੁੰਚਾਵੇ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ
ਸ਼ਾਂਤੀ। ਸਵਰਗ ਦੇ ਵਿੱਚ ਵਡਿਆ ਆਈ ਅਸੀਂ ਤੇਰੇ ਗਾਉਂਦੇ ਮਾਤੇ ਧੰਨ ਧੰਨ ਤੈਨੂੰ ਕਹਿੰਦੇ ਹਾਂ ਕਰਦੇ ਹਾਂ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ ਤੇਰੀ ਬੜੀ ਸ਼ਾਨ ਦੇ ਕਾਰਨ ਸ਼ੁਕਰ ਦਿਆ ਅਸੀਂ ਕਰਦੇ ਹਾਂ ਸਵਰਗ ਦੇ ਪਾਤਸ਼ਾਹ ਖੁਦਾ ਬਾਪ ਕੁਦਰਤ ਵਾਲੇ ਖੁਦਾ ਸਵਰਗ ਦੇ ਵਿੱਚ ਵਡਿਆ ਆਈ ਸੇਕ ਲੋਤੇ ਬੇਟੇ ਬਾਪ ਦੇ ਬੇਟੇ ਪ੍ਰਭੂ ਖੁਦਾ ਬਾਪ ਦਾ ਬੇਟਾ ਹੈ ਦੁਨੀਆ ਦੇ ਪਾਪਾ ਨੂੰ ਚੁੱਕ ਲੈ ਜਾਂਦਾ ਹੈ ਮਿੰਨਤਾ ਸੁਣ ਲੈ ਸਾਡੀਆਂ ਤੂੰ ਬਾਪ ਦੇ ਸੱਜ ਬੈਠਾ ਹੈ ਤੂੰ ਕਰ ਹੁਣ ਸਾਡੇ ਉੱਤੇ ਤੂੰ ਹੀ ਸੁਰ ਗੁਣ ਹੈ ਖੁਦਾ ਸਵਰਗ ਦੇ ਵਿੱਚ ਵਡਿਆ ਆਈ ਪਰਮੇਸ਼ਵਰ ਹੈ ਪਰਮ ਪੂਜਾ ਹੈ ਐ ਖੁਦਾ ਐ ਮਸੀਹਾ ਸ਼ਾਨ ਵਿੱਚ ਤੂੰ ਬਾਪ ਤੇ ਰੂਪ ਕਨਾਰ ਸਵਰਗ ਦੇ ਵਿੱਚ ਵਡਿਆਈ ਮਹਿਮਾ ਹੋਵੇ ਖੁਦਾ ਦੀ ਧਰਤੀ ਉੱਤੇ ਨੇਤਨੀਅਤ ਲੋਕਾਂ ਦੇ ਸ਼ਾਂਤੀ ਸਵਰਗ ਦੇ ਵਿੱਚ ਵਡਿਆ ਆਈ ਆਮੀ ਅਸੀਂ ਪ੍ਰਾਰਥਨਾ ਕਰੀਏ ਐ ਖੁਦਾ ਪ੍ਰਭੂ ਯੇਸ਼ੂ ਮਸੀਹ ਦੇ ਜਲਾਲੇ ਰੂਪਾਂਤਰਨ ਵਿੱਚ ਤੂੰ ਇਮਾਨ ਦੇ ਪੈਦਾ ਨੂੰ ਨੇਮ ਅਤੇ ਨਬੀਆਂ ਦੀ ਗਾਹੀ ਨਾਲ ਪੱਕੇ ਅਤੇ ਸੱਚੇ ਸਿੱਧ ਕੀਤਾ ਅਤੇ ਨਾਲ ਹੀ ਤੇਰੇ ਬੱਚਿਆਂ ਵਜੋਂ ਸਾਡੇ ਆਪਣੇ ਗੋਦ ਲਏ ਜਾਣ ਨਾਲ ਇਸ ਨੂੰ ਬੜੇ ਅਨੋਖੇ ਢੰਗ ਨਾਲ ਪਹਿਲਾਂ ਹੀ ਐਲਾਨ ਕੀਤਾ ਬਖਸ਼ ਦੇ ਕੇ ਅਸੀਂ ਤੇਰੇ ਅਤੇ ਪਿਆਰੇ ਬੇਟੇ ਦੀ ਬਾਣੀ ਨੂੰ ਸੁਣੀਏ ਤਾਂ ਜੋ ਅਸੀਂ ਉਸ ਦੇ ਨਾਲ ਅਨੰਤ ਜੀਵਨ ਦੇ ਵਾਰਿਸ ਬਣ ਜਾਈਏ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ
ਆਮੀਨ। ਪ੍ਰਭੂ ਯੇਸ਼ੂ ਮਸੀਹ ਤੁਹਾਡੇ ਦਿਲ ਅਤੇ ਜ਼ੁਬਾਨ 'ਤੇ ਹੋਵੇ ਤਾਂ ਕਿ ਤੁਸੀਂ ਸਹੀ ਅਤੇ ਯੋਗ ਢੰਗ ਨਾਲ ਪ੍ਰਭੂ ਦਾ ਪਵਿੱਤਰ ਵਚਨ ਸੁਣਾ ਸਕੋ। ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਅੱਜ ਦਾ ਪਾਠ ਦਾਨੀਅਲ ਨਬੀ ਦਾ ਗ੍ਰੰਥ ਉਹਦਾ 7 ਬਾਪ 9-10 13-14 ਹੈ। ਮੈਂ ਜਦੋਂ ਦੇਖ ਰਿਹਾ ਸੀ ਤਾਂ ਉੱਥੇ ਸਿੰਘਾਸਨ ਰੱਖੇ ਗਏ ਜਿਨ੍ਹਾਂ ਉੱਤੇ ਉਹ ਪੁਰਖ ਬੈਠਾ ਹੋਇਆ ਸੀ ਜੋ ਅਨੰਤ ਜੀਉਂਦਾ ਹੈ। ਉਸ ਦੇ ਕੱਪੜੇ ਬਰਫ਼ ਦੇ ਵਾਂਗ ਚਿੱਟੇ ਅਤੇ ਉਸ ਦੇ ਵਾਲ ਸ਼ੁੱਧ ਚਿੱਟੀ ਉੱਨ ਦੇ ਵਾਂਗ ਸਨ। ਉਸ ਦੇ ਸਿੰਘਾਸਨ ਦੇ ਪਹੀਏ ਅੱਗ ਵਰਗੇ ਸਨ ਜੋ ਅੱਗ ਦੀਆਂ ਲਾਠਾਂ ਉੱਤੇ ਚੱਲ ਰਹੇ ਸਨ। ਉਸ ਦੇ ਸਿੰਘਾਸਨ ਤੋਂ ਅੱਗ ਦੀ ਨਦੀ ਵਗ ਰਹੀ ਸੀ। ਹਜ਼ਾਰਾਂ ਲੋਕ ਉਸ ਦੀ ਸੇਵਾ ਕਰ ਰਹੇ ਸਨ ਅਤੇ ਲੱਖਾਂ ਉਸ ਦੇ ਸਾਹਮਣੇ ਖੜ੍ਹੇ ਸਨ। ਤਦ ਅਦਾਲਤ ਦਾ ਕੰਮ ਸ਼ੁਰੂ ਹੋਇਆ ਅਤੇ ਬਹੁਤ ਸਾਰੀਆਂ ਪੋਥੀਆਂ ਖੋਲ੍ਹੀਆਂ ਗਈਆਂ ਸਨ। ਰਾਤ ਦੇ ਇਸ ਦਰਸ਼ਨ ਵਿੱਚ ਮੈਂ ਮਨੁੱਖ ਦੇ ਵਰਗਾ ਇੱਕ ਪ੍ਰਾਣੀ ਦੇਖਿਆ। ਉਸ ਨੂੰ ਬੱਦਲਾਂ ਨੇ ਘੇਰਿਆ ਹੋਇਆ ਸੀ ਅਤੇ ਉਹ ਮੇਰੇ ਵੱਲ ਆ ਰਿਹਾ ਸੀ। ਤਦ ਉਹ ਅਨੰਤ ਜੀਉਂਦੇ ਮਨੁੱਖ ਦੇ ਵੱਲ ਗਿਆ ਅਤੇ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੂੰ ਸ਼ਕਤੀ, ਆਦਰ ਅਤੇ ਸ਼ਾਹੀ ਅਧਿਕਾਰ ਦਿੱਤੇ ਗਏ ਤਾਂ ਜੋ ਸਭ ਕੌਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕ ਉਸ ਦੀ ਸੇਵਾ ਕਰਨ। ਉਸ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਹੋਵੇਗਾ ਅਤੇ ਉਸ ਦਾ ਰਾਜ ਹਮੇਸ਼ਾ ਤੇ ਕਾਇਮ ਰਹੇਗਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਤੇਰੀਆਂ ਸਿਫਤਾਂ ਦੇ ਗਾਣੇ ਗੀਤ ਕਰਨਾ ਸ਼ੁਕਰ ਖੁਦਾ। ਤੇਰੀਆਂ ਸਿਫਤਾਂ ਦੇ ਗਾਣੇ ਗੀਤ ਕਰਨਾ ਸ਼ੁਕਰ ਖੁਦਾ। ਮੇਰੇ ਰੱਬ ਆਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ। ਮੇਰੇ ਰੱਬ ਆਏ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ। ਵੱਡੇ ਤੇ ਵੇਲੇ ਸ਼ਫਕਤ ਤੇਰੀ, ਵੱਡੇ ਤੇ ਵੇਲੇ ਸ਼ਫਕਤ ਤੇਰੀ, ਰਾਤ ਦੇ ਵੇਲੇ
ਰਹਿਮਤ ਤੇਰੀ ਰਾਤ ਦੇ ਵੇਲੇ ਰਹਿਮਤ ਤੇਰੀ ਕਰੀਏ ਯਾਦ ਸਦਾ ਤੇ ਕਰਨਾ ਸ਼ੁਕਰ ਖੁਦਾ ਤੇਰੀਆਂ ਸਿਫਤਾਂ ਦੇ ਗਾਣੇ ਗੀਤ ਕਰਨਾ ਸ਼ੁਕਰ ਖੁਦਾ ਮੇਰੇ ਰੱਬਾ ਹੈ ਚੰਗੀ ਰੀਤ ਕਰਨਾ ਸ਼ੁਕਰ ਖੁਦਾ ਪਾਠ ਦੂਸਰਾ ਸੰਤ ਪਤਰਸ ਦਾ ਦੂਸਰਾ ਪੱਤਰ ਉਸਦਾ ਇੱਕ ਬਾਪ 16-19 ਆਈ ਤੱਕ ਜਦੋਂ ਅਸੀਂ ਤੁਹਾਨੂੰ ਮਸੀਹ ਦੀ ਸ਼ਕਤੀ ਅਤੇ ਉਸਦੇ ਮੁੜ ਆਉਣ ਦੇ ਬਾਰੇ ਦੱਸਿਆ ਹੈ ਤਾਂ ਇਸ ਸਭ ਦਾ ਆਧਾਰ ਕਿਸੇ ਤਰ੍ਹਾਂ ਦੀਆਂ ਮਨ ਘੜਤ ਕਥਾਵਾਂ ਆਦਿ ਨਹੀਂ ਹਨ ਸਗੋਂ ਅਸੀਂ ਆਪ ਉਸਦੀ ਮਹਿਮਾ ਦੇ ਦਰਸ਼ਨ ਕੀਤੇ ਹਨ ਅਸੀਂ ਉਸ ਸਮੇਂ ਆਪ ਉੱਥੇ ਹਾਜ਼ਰ ਸਾਂ ਜਦੋਂ ਪਰਮੇਸ਼ਵਰ ਪਿਤਾ ਨੇ ਉਸਨੂੰ ਆਦਰ ਅਤੇ ਮਹਿਮਾ ਦਿੱਤੀ ਅਤੇ ਕਿਹਾ ਸੀ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖੁਸ਼ ਹਾਂ ਇਹ ਬਾਣੀ ਅਸੀਂ ਆਕਾਸ਼ ਤੋਂ ਸੁਣੀ ਸੀ ਕਿਉਂਕਿ ਅਸੀਂ ਆਪ ਉਸ ਸਮੇਂ ਪਵਿੱਤਰ ਪਹਾੜ 'ਤੇ ਉਸਦੇ ਨਾਲ ਸਾਂ ਇਸ ਤਰ੍ਹਾਂ ਅਸੀਂ ਆਪ ਨਬੀਆਂ ਦੇ ਸੰਦੇਸ਼ ਨੂੰ ਆਪਣੇ ਲਈ ਸੱਚਾ ਸਿੱਧ ਹੁੰਦਾ ਦੇਖਿਆ ਜਿਸ 'ਤੇ ਤੁਸੀਂ ਵੀ ਚੰਗੀ ਤਰ੍ਹਾਂ ਨਾਲ ਧਿਆਨ ਦੇਵੋ ਇਹ ਹਨੇਰੀ ਥਾਂ ਵਿੱਚ ਚਮਕਣ ਵਾਲੇ ਲੈਂਪ ਦੀ ਤਰ੍ਹਾਂ ਹੈ ਜਦੋਂ ਤੱਕ ਕਿ ਸਵੇਰ ਦੀ ਲੋਹ ਨਾ ਲੱਗ ਜਾਵੇ ਅਤੇ ਪ੍ਰਭਾਤ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਆ ਚਮਕੇ ਪ੍ਰਭੂ ਦੀ ਪਾਕ ਬਾਣੀ ਖੁਦਾ ਦਾ ਸ਼ੁਕਰ ਹੋਵੇ हालेलुया स्तुति गाए हम यीशु की स्तुति गाए हम हालेलुया स्तुति गाए हम यीशु की स्तुति गाए हम हालेलुया 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 ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪਾਠ ਪਵਿੱਤਰ ਅੰਜੇਲ ਦਾ ਸੰਤ ਮਰਕੁਸ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਪ੍ਰਭੂ 9:2-10 6 ਦਿਨਾਂ ਪਿੱਛੋਂ ਯੇਸ਼ੂ ਨੇ ਪਤਰਸ ਯਾਕੂਬ ਅਤੇ ਯੋਹੰਨਾ ਨੂੰ ਇਕੱਲਿਆਂ ਆਪਣੇ ਨਾਲ ਲਿਆ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਅਲੱਗ ਲੈ ਗਿਆ ਉਹਨਾਂ ਦੇ ਸਾਹਮਣੇ ਉਸ ਦਾ ਸਰੂਪ ਬਦਲ ਗਿਆ ਅਤੇ ਉਸ ਦੇ ਕੱਪੜੇ ਚਮਕਾਂ ਮਾਰਨ ਲੱਗੇ ਅਤੇ ਇੰਨੇ ਜ਼ੋਰਦਾਰ ਚਿੱਟੇ ਹੋ ਗਏ ਕਿ ਧਰਤੀ ਉੱਤੇ ਕੋਈ ਵੀ ਧੋਬੀ ਉਹਨਾਂ ਨੂੰ ਇੰਜ ਦੇ ਚਮਤਕਾਰ ਨਹੀਂ ਕਰ ਸਕਦਾ ਸੀ ਉੱਥੇ ਉਹਨਾਂ ਦੇ ਸਾਹਮਣੇ
ਏਲੀਆ ਮੂਸਾ ਦੇ ਨਾਲ ਪ੍ਰਗਟ ਹੋਇਆ ਅਤੇ ਉਹ ਯੇਸ਼ੂ ਦੇ ਨਾਲ ਗੱਲਬਾਤ ਕਰ ਰਹੇ ਸਨ। ਪਤਰਸ ਨੇ ਯੇਸ਼ੂ ਨੂੰ ਕਿਹਾ, ਪ੍ਰਭੂ ਜੀ, ਇਹ ਚੰਗਾ ਹੈ ਕਿ ਅਸੀਂ ਇੱਥੇ ਹਾਂ। ਅਸੀਂ 3 ਤੰਬੂ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਆ ਲਈ। ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਕੀ ਕਹਿਣਾ ਹੈ, ਕਿਉਂ ਜੋ ਉਹ ਬਹੁਤ ਹੀ ਘਬਰਾਏ ਹੋਏ ਸਨ। ਤਦ ਇੱਕ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਬੇਟਾ ਹੈ, ਇਸ ਦੇ ਸੁਣੋ। ਅਚਾਨਕ ਜਦੋਂ ਉਹਨਾਂ ਨੇ ਆਪਣੇ ਆਲੇ ਦੁਆਲੇ ਨਜ਼ਰ ਮਾਰੀ ਤਾਂ ਉਹਨਾਂ ਹੋਰ ਕਿਸੇ ਨੂੰ ਵੀ ਨਾ, ਬਸ ਇਕੱਲੇ ਯੇਸ਼ੂ ਨੂੰ ਆਪਣੇ ਨਾਲ ਵੇਖਿਆ। ਪਹਾੜ ਤੋਂ ਥੱਲੇ ਉਤਰਦਿਆਂ ਉਸਨੇ ਉਹਨਾਂ ਨੂੰ ਇਹ ਤਾਕੀਦ ਕੀਤੀ ਕਿ ਜੋ ਕੁਝ ਉਹਨਾਂ ਨੇ ਵੇਖਿਆ ਹੈ ਉਸ ਬਾਰੇ ਕਿਸੇ ਨੂੰ ਨਾ ਦੱਸਣ, ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜ਼ਿੰਦਾ ਨਾ ਹੋਵੇ। ਇਸ ਲਈ ਉਹਨਾਂ ਨੇ ਇਹ ਗੱਲ ਆਪਣੇ ਤੱਕ ਹੀ ਰੱਖੀ, ਪਰ ਇਸ ਦੇ ਬਾਰੇ ਆਪੋ ਵਿੱਚ ਸਵਾਲ ਕਰਦੇ ਰਹੇ ਕਿ ਮੁਰਦਿਆਂ ਵਿੱਚੋਂ ਜ਼ਿੰਦਾ ਨਾ ਹੋਵੇ ਦਾ ਕੀ ਅਰਥ ਹੈ। ਇਹ ਪ੍ਰਭੂ ਦੇ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਮਸੀਹਾ। ਪਿਆਰੇ ਖੁਦਾਇਆ ਕਰ ਲੈ ਪਰਵਾਨ, ਅਰਪਣ ਕਰਾਂ ਮੈਂ ਰੋਜੀ ਸਮਝਾਨ। ਪਿਆਰੇ ਖੁਦਾਇਆ ਕਰ ਲੈ ਪਰਵਾਨ, ਅਰਪਣ ਕਰਾਂ ਮੈਂ ਰੋਜੀ ਸਮਝਾਨ। ਪਿਆਰੇ ਖੁਦਾਇਆ ਕਰ ਲੈ ਪਰਵਾਨ, ਅਰਪਣ ਕਰਾਂ ਮੈਂ ਰੂਜੀ ਸਮਝਾਂ। ਪਿਆਰੇ ਖੁਦਾਇਆ ਕਰ ਲੈ ਪਰਵਾਹ, ਅਰਪਣ ਕਰਾਂ ਮੈਂ ਰੂਜੀ ਸਮਝਾਂ। ਮਰਜ਼ੀ ਮੈਂ ਤੇਰੀ ਕਰਾਂ ਸਦਾ, ਜੀਵਨ ਪਰ ਆਪਣਾ ਰਾਹ ਦਿਖਾ। ਮਰਜ਼ੀ ਮੈਂ ਤੇਰੀ ਕਰਾਂ ਸਦਾ, ਜੀਵਨ ਪਰ ਆਪਣਾ ਰਾਹ ਦਿਖਾ। ਭੁੱਲਾਨਾ ਫਿਰ ਮੈਂ ਤੇਰਾ ਕਲਾਮ, ਅਰਪਣ ਕਰਾਂ ਮੈਂ ਰੂਜੀ ਸਮਝਾਂ। ਪਿਆਰੇ ਖੁਦਾਇਆ ਕਰ ਲੈ ਪਰਵਾਨ, ਅਰਪਣ ਕਰਾਂ ਮੈਂ ਰੂਜੀ ਸਮਝਾਂ, ਅਰਪਣ ਕਰਾਂ ਮੈਂ ਰੂਜੀ ਸਮਝਾਂ, ਅਰਪਣ ਕਰਾਂ ਮੈਂ ਰੂਜੀ ਸਮਝਾਂ।
ਪਿਆਰੇ ਭਰਾਓ ਅਤੇ ਭੈਣੋ, ਪ੍ਰਾਰਥਨਾ ਕਰੋ ਕਿ ਪੂਰੇ ਕੁਦਰਤ ਵਾਲਾ ਖੁਦਾ ਤੁਹਾਡੇ ਅਤੇ ਮੇਰੇ ਇਸ ਕੁਰਬਾਨੀ ਨੂੰ ਕਬੂਲ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਏ ਪ੍ਰਭੂ, ਤੇਰੇ ਤੋਂ ਉਤਪੰਨ ਨਿਕਲੋਤੇ ਬੇਟੇ ਦੇ ਜਲਾਲੇ ਰੂਪਾਂਤਰਨ ਦੇ ਸਦਕੇ ਇਹਨਾਂ ਨਜ਼ਰਾਨੇ ਨੂੰ ਸ਼ੁੱਧ ਕਰ, ਉਸ ਦੀ ਮਹਿਮਾ ਦੇ ਨੂਰਾਨੀ ਚਮਕ ਨਾਲ ਸਾਨੂੰ ਰੂਹ ਵਿੱਚ ਨਵਾਂ ਕਰ ਦੇ, ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ, ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੇ ਪ੍ਰਭੂ ਪਵਿੱਤਰ ਬਾਪ, ਪੂਰੇ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯੇਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਸ ਨੇ ਆਪਣੇ ਚੇਲਿਆਂ ਦੇ ਸਾਹਮਣੇ ਆਪਣੇ ਖੁਦਾਏ ਸ਼ਾਨ ਪ੍ਰਗਟ ਕੀਤੇ ਤਾਂ ਜੋ ਈਮਾਨ ਵਿੱਚ ਮਜ਼ਬੂਤ ਹੋ ਜਾਣ ਅਤੇ ਇਸ ਲਈ ਵੀ ਮੌਤ ਦੀ ਠੋਕਰ ਲਈ ਤਿਆਰ ਹੋ ਜਾਣ। ਯੇਸ਼ੂ ਦੀ ਖੁਦਾਏ ਸ਼ਾਨ ਨਾਲ ਉਸ ਦਾ ਸਾਡੇ ਮਨੁੱਖਾਂ ਵਰਗਾ ਸਰੀਰ ਚਮਕ ਪਿਆ ਤਾਂ ਜੋ ਕਲੀਸਿਆ ਜੋ ਮਸੀਹ ਦਾ ਸਰੀਰ ਹੈ ਇਹ ਜਾਣ ਲਵੇ ਕਿ ਇੱਕ ਦਿਨ ਉਹ ਵੀ ਸ਼ਾਨ ਦੇ ਪਾਗੀ ਹੋਵੇਗੀ। ਇਸ ਲਈ ਫਰਿਸ਼ਤਿਆਂ ਅਤੇ ਮਹਾਂਫਰਿਸ਼ਤਿਆਂ ਅਤੇ ਸਾਰੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚੀਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉੱਚੀਆਂ ਵਿੱਚ ਹੋਸਨਾ। ਏ ਪ੍ਰਭੂ, ਤੂੰ ਸੱਚਮੁੱਚ ਪਾਕ ਹੈ, ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪਾਕ ਨੂੰ ਪੇਚ ਕੇ ਇਹਨਾਂ ਨਜ਼ਰਾਨੇ ਨੂੰ ਪਵਿੱਤਰ ਕਰ ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਜਿਸ ਰਾਤ ਉਸਨੇ ਆਪਣੇ ਆਪ ਨੂੰ ਦੁੱਖ ਤਸੀਹਾਂ ਦੇ ਲਈ ਸੌਂਪਦੇ ਹੋਏ ਰੋਟੀ ਤੋੜੇ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਦੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ।
ਤੁਸੀਂ ਮੇਰੀ ਯਾਦ ਵਿੱਚ ਇਹ ਕਿਰਿਆ ਕਰੋ। ਇਮਾਨ ਦਾ ਭੇਦ। ਇਹ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯੇਸ਼ੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜ੍ਹਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਜੇ ਰਹੀਏ। ਐ ਪ੍ਰਭੂ, ਸਾਰੇ ਧਰਤੀ ਉੱਤੇ ਫੈਲੇ ਹੋਏ ਆਪਣੇ ਕਲੀਸਿਆ ਨੂੰ ਯਾਦ ਕਰ ਅਤੇ ਉਸਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਐਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੇ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵੀ ਜੀਵਨ ਦੇ ਵਾਰਸ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯੇਸ਼ੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸੇ ਮਸੀਹ ਦੇ ਰਾਹੀਂ, ਉਸਦੇ ਨਾਲ ਅਤੇ ਉਸਦੇ ਵਿੱਚ, ਐ ਸਰਵ ਸ਼ਕਤੀਮਾਨ ਖੁਦਾ ਬਾਪ, ਰੂਹ ਪਾਕ ਦੇ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੇ ਹੀ ਹੈ, ਸਦਾ ਤੋਂ ਸਦਾ ਤੇਕ। ਆਮੀਨ। ਆਓ ਅਸੀਂ ਸਾਰੇ ਰਲ ਕੇ ਖੁਦਾ ਬਾਪ ਦੇ ਅੱਗੇ ਦੁਆ ਕਰੀਏ ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਨੇ ਸਾਨੂੰ ਸਿਖਾਇਆ ਹੈ। ਐ ਸਾਡੇ ਬਾਪ, ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਲਾ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯੇਸ਼ੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯੇਸ਼ੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ
ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੇ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪ ਵੇ ਸ਼ਾਂਤੀ ਦਾ ਸਲਾਮ ਦੇਈਏ। ਐ ਲੇਲੇ ਖੁਦਾ ਦੀ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੀ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੀ, ਤੂੰ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਵੇਖੋ ਜੋ ਦੁਨੀਆਂ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਤੁਹਾਨੂੰ ਜਿਹੜੇ ਉਸਤੇ ਭੋਜਨ ਤੇ ਸਦੇ ਗਏ ਹਨ। ਐ ਪ੍ਰਭੂ, ਮੈਂ ਸਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਸ਼ਰਤ ਲਿਆਵੇਂ, ਪਰ ਇੱਕ ਹੀ ਸ਼ਬਦ ਦਾ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਰੋਟੀ ਤੂੰ ਜ਼ਿੰਦਗੀ ਖਵਾਦੇ, ਰੋਟੀ ਤੂੰ ਜ਼ਿੰਦਗੀ ਦੀ ਸੁਖਵਾਲਦੇ, ਆਪੇ ਹਯਾਤ ਨਾਲ ਤੂੰ ਸਾਨੂੰ ਪਿਆਦੇ, ਰੋਟੀ ਤੂੰ ਜ਼ਿੰਦਗੀ ਪਲੀਤ ਮਨ ਪਾਪਾਂ ਦੇ ਨਾਲ ਹੋ ਗਏ ਗੰਦੇ ਪਲੀਤ ਮਨ, ਉਹਨਾਂ ਨੂੰ ਆਪਣੇ ਖੂਨ ਵਿੱਚ ਯਿਸੂ ਨੂੰ ਹਾਰ ਦੇ, ਰੋਟੀ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਸ ਜਿਹੇ ਬਣ ਜਾਵਾਂਗੇ, ਕਿਉਂਕਿ ਅਸੀਂ ਉਸਨੂੰ ਹੁਬ ਹੂ ਦੇਖਾਂਗੇ ਜਿਸ ਤਰ੍ਹਾਂ ਕਿ ਉਹ ਹੈ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ ਸਾਡੇ ਬਾਪ, ਜੋ ਸਵਰਗੀ ਰੋਟੀ ਅਸੀਂ ਹਾਸਿਲ ਕੀਤੀ ਹੈ, ਸਾਨੂੰ ਤੇਰੇ ਇਕਲੌਤੇ ਬੇਟੇ ਯੇਸ਼ੂ ਮਸੀਹ ਦੀ ਸ਼ਕਲ ਵਿੱਚ ਬਦਲ ਦੇਵੇ, ਜਿਸ ਨੇ ਆਪਣੀ ਮਹਿਮਾ ਦੇ ਭੇਦ ਨੂੰ ਆਪਣੇ ਰੂਪਾਂਤਰਣ ਰਾਹੀਂ ਪ੍ਰਗਟ ਕੀਤਾ ਹੈ। ਉਹ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ।
ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਗੁਰਬਾਣੀ ਚੜਾਏ ਗਏ ਪ੍ਰਭੂ ਦੇ ਸ਼ਾਂਤੀ ਵਿੱਚ ਜਾਈਏ, ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਵਾਰੀ ਮਰੀਮ, ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਤੋਂ ਖਾਲੀ ਗਿਆ ਹੋਵੇ। ਐ ਕੁਵਾਰੀ ਕੁਵਾਰੀਆਂ ਦੀ ਮੇਰੀ ਮਾਂ, ਇਸ ਤਸੱਲੀ ਨਾਲ ਤੇਰੇ ਕੋਲ ਨਸਾ ਆਉਂਦਾ ਹਾਂ, ਤੇਰੇ ਅੱਗੇ ਖਲੋ ਕੇ ਮੈਂ ਆਪਣੇ ਨਾਲ ਹੀ ਰੋਂਦਾ ਹਾਂ। ਜੀਵਨ ਮਿਲਿਆ ਮਿਲਿਆ ਆਸ਼ਿਸ਼ ਠਹਿਰੀ ਠਹਿਰੀ, ਬਰਕਤ ਆਈ ਆਈ ਹੈ ਖੁਦਾ। ਜੀਵਨ ਮਿਲਿਆ ਮਿਲਿਆ ਆਸ਼ਿਸ਼ ਠਹਿਰੀ ਠਹਿਰੀ, ਬਰਕਤ ਆਈ ਆਈ ਹੈ ਖੁਦਾ। ਬੰਧਨ ਟੁੱਟ ਗਏ ਗਮ ਵੀ ਮੁੱਕ ਗਏ ਮੁੱਕ ਗਏ, ਅਥਰੂ ਸੁੱਕ ਗਏ ਹੈ ਖੁਦਾ। ਬੰਧਨ ਟੁੱਟ ਗਏ ਗਮ ਵੀ ਮੁੱਕ ਗਏ ਅਥਰੂ ਸੁੱਕ ਗਏ ਹੈ ਖੁਦਾ। ਜੀਵਨ ਮਿਲਿਆ ਮਿਲਿਆ ਆਸ਼ਿਸ਼ ਠਹਿਰੀ ਠਹਿਰੀ, ਬਰਕਤ ਆਈ ਆਈ ਹੈ ਖੁਦਾ। ਜੀਵਨ ਮਿਲਿਆ ਮਿਲਿਆ ਆਸ਼ਿਸ਼ ਠਹਿਰੀ ਠਹਿਰੀ, ਬਰਕਤ ਆਈ ਆਈ ਹੈ ਖੁਦਾ।